ਮਾੜੇ ਅਨਸਰਾਂ ਦੇ ਖਿਲਾਫ਼ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਵਿੱਚ ਜਿਹੜਾ ਇੰਚਾਰਜ C2 ਇੰਸਪੈਕਟਰ ਰਜੇਸ਼ ਕੁਮਾਰ ਹੈ, ਉਹਨਾਂ ਦੀ ਟੀਮ ਵੱਲੋਂ ਦੋ ਬੰਦੇ, ਇੱਕ ਅਰਸ਼ਦੀਪ ਸਿੰਘ ਉਰਫ ਅਰਸ਼, ਸੈਕਿੰਡ ਜਿਹੜਾ ਹੈਗਾ ਅਮਰਦੀਪ ਸਿੰਘ ਉਰਫ ਅਮਰ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। FIR ਨੰਬਰ 132 2024 ਦੀ ਜਿਹੜੀ ਦੁਗਰੀ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ। ਇਸ ਸੰਬੰਧੀ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਵੀ ਸਾਨੂੰ ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜੀਆਂ 5 ਗੱਡੀਆਂ ਬਰਾਮਦ ਹੋ ਗਈਆਂ, ਇੱਕ BMW ਕਾਰ ਵੀ, ਇੱਕ ਮਰਸਡੀਜ਼ ਕਾਰ, ਇੱਕ ਕਰੇਟਾ ਕਾਰ ਹੈ। ਅਤੇ ਜਿਹੜਾ ਇਹ ਗਰੋਹ ਸੀਗਾ, ਇਹਦਾ ਮੋਡਸ ਓਪਰੈਂਡੀ ਇਹ ਸੀਗਾ ਵੀ ਇਹ ਜਾਅਲੀ ਜਿਹੜਾ ਇਹਨਾਂ ਡਾਕੂਮੈਂਟਸ ਤਿਆਰ ਕਰਕੇ, RC ਵਗੈਰਾ ਜਾਅਲੀ ਤਿਆਰ ਕਰਕੇ, ਬਿਨਾਂ NOC ਵਾਲੀਆਂ ਗੱਡੀਆਂ ਬਾਹਰੋਂ ਲਿਆ ਕੇ ਜਿਹੜਾ ਇੱਥੇ ਆਮ ਲੋਕਾਂ ਨੂੰ ਉਹਦੇ ਫਰਜ਼ੀ ਡਾਕੂਮੈਂਟਸ ਤਿਆਰ ਕਰਕੇ ਵੇਚਦੇ ਸੀਗੇ। ਇਸ ਵਿੱਚ ਅਸੀਂ ਜਿਹੜੀਆਂ ਹੁਣ ਤੱਕ 5 ਗੱਡੀਆਂ ਰਿਕਵਰ ਕਰਨੀਆਂ, 2 ਦੋਸ਼ੀ ਗ੍ਰਿਫਤਾਰ ਕੀਤੇ ਆ। ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਲਿਆ ਹੋਇਆ, ਅਤੇ ਸਾਡੀ ਜਿਹੜੀ ਅੱਗੇ ਤਫਤੀਸ਼ ਹੈ ਉਹ ਡੰਗਾਈ ਨਾਲ ਚੱਲ ਰਹੀ ਹੈ। ਸਰ, ਗੱਡੀਆਂ ਉਹ ਲਿਆਉਂਦੇ ਸੀ ਕਿ ਜਿਹੜੀਆਂ ਕੈਂਸਲ ਹੋ ਚੁੱਕੀਆਂ ਦੂਜੇ ਸੂਬਿਆਂ ਦੇ ਵਿੱਚ, ਜਾਂ ਫਿਰ ਕਿਸ ਤਰ੍ਹਾਂ, ਮਤਲਬ NOC ਜੋ ਹੁਣ ਤੱਕ ਸਾਡੀ ਤਫਤੀਸ਼ ਸਾਹਮਣੇ ਆਇਆ, ਉਹ ਬਿਨਾਂ NOC ਵਾਲੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਫਰਜ਼ੀ ਜਿਹੜੇ RCs ਅਤੇ ਬਾਕੀ ਡਾਕੂਮੈਂਟ ਤਿਆਰ ਕਰਕੇ ਇਹ ਅੱਗੇ ਉਹਨਾਂ ਨੂੰ ਸੇਲ ਕਰਨ ਦਾ ਕੰਮ ਕਰਦੇ ਸੀਗੇ। ਇਸ ਵਿੱਚ ਜਿਹੜਾ ਥਰਡ ਅਕਿਊਜ਼ਡ ਹੈ, ਇੱਥੇ ਇੱਕ ਸਨੀ ਉਰਫ ਸ਼ੈਟੀ ਕਬਾੜੀਆ ਨਾਂ ਦਾ ਅਕਿਊਜ਼ਡ ਹੈ, ਉੱਥੇ ਪਹਿਲਾਂ ਵੀ ਪਰਚੇ ਦਰਜ ਹੈ, ਉਹਨੂੰ ਵੀ ਅਸੀਂ ਕੇਸ ਵਿੱਚ ਨਾਮਜ਼ਦ ਕੀਤਾ, ਅਤੇ ਉਹਦੀ ਗ੍ਰਿਫਤਾਰੀ ਲਈ ਵੀ ਸਾਡੀਆਂ ਟੀਮਾਂ ਜਿਹੜੀਆਂ ਛਾਪੇਮਾਰੀ ਕਰ ਰਹੀਆਂ। ਇਹ ਹਜੇ ਫਿਲਹਾਲ ਜਿਹੜਾ ਇਹਦੇ 'ਚ ਮੇਨ ਅਕਿਊਜ਼ਡ ਹੈ, ਉਹਦੇ ਕੋਲੋਂ ਇੱਕ ਸਾਨੂੰ ਜਾਅਲੀ ID ਕਾਰਡ ਵੀ ਮਿਲਿਆ ਹੈਗਾ, ਜਿਸ ਵਿੱਚ ਇਹਨੇ ਪੁਲਿਸ ਦੀ ਯੂਨੀਫਾਰਮ ਪਾ ਕੇ ID ਕਾਰਡ ਫੇਕ ਬਣਾਇਆ ਹੈਗਾ, ਅਤੇ ਇੱਕੇ ਤੋਂ ਟੋਏ ਪਿਸਟਲ ਜਿਹੜੀ ਉਹ ਵੀ ਮਿਲੀ ਹੈਗੀ ਹੈ। ਬਾਕੀ ਇਹਦਾ ਅਸੀਂ ਰਿਮਾਂਡ ਲਿਆ, ਡਿਟੇਲ 'ਚ ਜਿਹੜੀ ਤਫਤੀਸ਼ ਕਰ ਰਹੇ ਹਾਂ ਵੀ ਕੋਈ ਟਰਾਂਸਪੋਰਟ ਮਹਿਕਮੇ ਦਾ ਮੁਲਾਜ਼ਮ ਤਾਂ ਨਹੀਂ ਇਹਨਾਂ ਨਾਲ ਇਨਵੋਲਵ, ਬਾਕੀ ਇਹਦੀ ਜਿਹੜੀ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ। ਇਹ ਜਿਹੜੇ ਦੋਵੇਂ ਦੋਸ਼ੀ ਅਸੀਂ ਅਰੈਸਟ ਕੀਤੇ ਆ, ਦੋਵੇਂ ਲੁਧਿਆਣੇ ਰਹਿਣ ਵਾਲੇ ਆ, ਪਲੱਸ ਜਿਹੜਾ ਤੀਜਾ ਬੰਦਾ ਅਸੀਂ ਨਾਮਜ਼ਦ ਕੀਤਾ ਜਿਸ ਨਾਲ ਇਹਨਾਂ ਦੀ ਇਨਵੋਲਵਮੈਂਟ ਸੀਗੀ ਕ੍ਰਾਈਮ ਵਿੱਚ, ਉਹ ਵੀ ਲੋਕਲ ਛਾਉਣੀ ਮਹੱਲੇ ਦਾ, ਲੁਧਿਆਣੇ ਦਾ। ਇਹ ਹੁਣ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹ ਲੈ ਕੇ ਬਾਹਰੋਂ ਹੀ ਆਉਂਦੇ ਸੀ ਇਹ ਗੱਡੀਆਂ, ਹੁਣ ਕਿਹੜੇ ਬੰਦੇ ਆ, ਕਿੱਥੋਂ ਲੈ ਕੇ ਆਉਂਦੇ, ਸਾਡੀ ਤਫਤੀਸ਼ ਦੌਰਾਨ ਨੂੰ ਅਸੀਂ ਹੋਰ ਡੁੰਗਾਈ ਕਰ ਰਹੇ ਹਾਂ। ਅਸੀਂ ਉਸ ਐਂਗਲ ਤੋਂ ਵੀ ਇਹਨਾਂ ਤੋਂ ਬੜੀ ਬਰੀਕੀ ਨਾਲ ਜਿਹੜੀ ਹੈਗੀ ਹੈ ਸਾਡੀ ਪੁੱਛਗਿੱਛ ਹੋ ਰਹੀ ਹੈ ਵੀ ਇਹਨਾਂ ਨੇ ਕੋਈ ਵਾਰਦਾਤ ਤਾਂ ਨਹੀਂ ਕੀਤੀ, ਪਰ ਫਿਲਹਾਲ ਹਜੇ ਤੱਕ ਦੀ ਪੁੱਛਗਿੱਛ 'ਚ ਇਹਨਾਂ ਵੱਲੋਂ ਕੋਈ ਇੱਦਾਂ ਦਾ, ਇਹਨਾਂ 'ਤੇ ਪਹਿਲਾਂ ਦਾ ਪਰਚਾ ਦਰਜ ਜਾਂ ਕੋਈ ਕ੍ਰਾਈਮ ਵਾਲੀ ਗੱਲ ਨਹੀਂ ਸਾਹਮਣੇ ਆਈ, ਪਰ ਫਿਰ ਵੀ ਅਸੀਂ ਇਹਨਾਂ ਦਾ ਰਿਮਾਂਡ, ਪੁਲਿਸ ਰਿਮਾਂਡ ਲਿਆ ਅਤੇ ਤਫਤੀਸ਼ ਚੱਲ ਰਹੀ ਹੈ। ਦੇਖੋ ਜਿਹੜਾ ਇਹਦੇ 'ਚ ਜਿਹੜਾ ਥਰਡ ਪਰਸਨ ਇਹ ਨਾਮਜ਼ਦ ਕੀਤਾ, ਉਹ 'ਤੇ ਪਹਿਲਾਂ ਵੀ ਪਰਚੇ ਦਰਜ ਹੈ, ਅਤੇ ਉਹਦੀ ਇਹਨਾਂ ਨਾਲ ਜਿਹੜੀ ਇਨਵੋਲਵਮੈਂਟ ਹੁਣ ਤੱਕ ਇਹ ਆਈ ਹੈ ਵੀ ਉਹਦੇ ਨਾਲ ਰਲ ਕੇ ਜਿਹੜਾ ਇਹ ਇਕੱਠੇ ਮਿਲ ਕੇ ਕੰਮ ਕਰਦੇ ਸੀਗੇ, ਅਤੇ ਬਾਕੀ ਇਹਦੀ ਜਿਹੜੀ ਡਿਟੇਲ 'ਚ ਅਸੀਂ ਪੁੱਛਗਿੱਛ ਕਰ ਰਹੇ ਹਾਂ, ਜੋ ਵੀ ਸਪੈਸੀਫਿਕ ਰੋਲ ਆਊਗਾ ਅਸੀਂ ਤਫਤੀਸ਼ ਕਰਾਂਗੇ। ਹਜੇ ਤੱਕ ਦੇਖੋ ਸਾਨੂੰ 5 ਗੱਡੀਆਂ ਰਿਕਵਰ ਹੋਈਆਂ, ਬਾਕੀ ਇਹਦੀ ਹੋਰ ਅਸੀਂ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਾਂ। ਬਾਕੀ ਰਿਕਵਰ ਇਹ ਜਿਹੜਾ ਅਰਸ਼ਦੀਪ ਹੈਗਾ, ਇਹਦੀ ਅਰਾਊਂਡ ਏਜ ਹੈਗੀ ਹੈ 30-35 ਸਾਲ ਦੇ ਕਰੀਬ ਹੈਗੀ ਹੈ। ਜਿਹੜਾ ਇਹਦੇ ਨਾਲ ਅਮਰ ਹੈਗਾ, ਉਹ ਬੇਸਿਕਲੀ ਮਕੈਨਿਕ ਹੈਗਾ ਜਿਹੜਾ ਗੱਡੀਆਂ ਚੈੱਕ ਕਰਕੇ ਦੱਸਦਾ ਵੀ ਗੱਡੀਆਂ ਦੀ ਕੀ ਸਟੇਟਸ ਹੈ, ਰੰਗ ਹੋਇਆ ਨਹੀਂ ਹੋਇਆ ਉਸ ਤਰ੍ਹਾਂ ਦੀ। ਉਹ ਥੋੜ੍ਹਾ ਏਜਡ ਹੈਗਾ, ਅਰਾਊਂਡ 45-50 ਸਾਲ ਦਾ ਲੱਗਦਾ। ਬਾਕੀ ਜਿਹੜੀ ਸਾਡੀ ਤਫਤੀਸ਼ ਚੱਲ ਰਹੀ ਹੈ। ਸਰ, ਜਿਹੜੀ ਲਗਜ਼ਰੀ ਗੱਡੀਆਂ ਨੇ, ਕੀਮਤ ਕਾਫੀ ਹੁੰਦੀ ਹੈ ਇਹਨਾਂ ਦੀ, ਲੱਗਦਾ ਕਿ ਸਰ ਇਹਨਾਂ ਦੇ ਪੈਸਿਆਂ ਦੀ ਜਿਹੜੇ ਖਾਤਿਆਂ ਦੀ ਜਾਂਚ ਵਗੈਰਾ? ਉਹ ਅਸੀਂ ਜਿਹੜੀ ਇਨਵੈਸਟੀਗੇਸ਼ਨ ਐਸੇ ਕਰਕੇ ਰਿਮਾਂਡ ਲਿਆ ਹੋਇਆ, ਫਾਈਨੈਂਸ਼ੀਅਲ ਐਂਗਲ ਤੋਂ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪਲੱਸ ਜਿਹੜਾ ਕੋਈ ਹੋਰ ਬੰਦਾ ਕਿਸੇ ਡਿਪਾਰਟਮੈਂਟ ਦਾ ਇਨਵੋਲਵ, ਉਸ ਐਂਗਲ ਤੋਂ ਵੀ ਤਫਤੀਸ਼ ਚੱਲ। ਕੋਈ ਕੰਪਲੇਂਟ ਸੀਗਾ ਜਿਹਨੇ ਤੁਹਾਨੂੰ ਕੰਪਲੇਂਟ ਕੀਤੀ ਸੀ ਕਿ ਇਸ ਤਰ੍ਹਾਂ ਗੱਡੀਆਂ ਉਹਨੂੰ ਵੇਚੀ ਗਈ ਹੈ, ਕਿਸੇ ਕੰਪਲੇਂਟ ਇਸ ਸੰਬੰਧੀ? ਫਿਲਹਾਲ ਤਾਂ ਜਿਹੜਾ ਇਹ FIR ਪੁਲਿਸ ਵੱਲੋਂ ਰਜਿਸਟਰ ਕੀਤੀ ਗਈ ਹੈ, ਪਰ ਬਾਕੀ ਹੁਣ ਜਿਵੇਂ ਤਫਤੀਸ਼ ਦੇ ਵਿੱਚ ਕਿਸੇ ਦਾ ਆਏਗਾ, ਕਿਸੇ ਨੇ ਕੰਪਲੇਂਟ ਕੀਤੀ, ਉਹ ਪਾਰਟ ਆਫ ਇਨਵੈਸਟੀਗੇਸ਼ਨ ਡਿਟੇਲ ਕੀਤੀ। ਥੈਂਕ ਯੂ।
will keiner spricht. Tauchen ab, sehen nix, denn der Nebel zu dicht. Morgen ist jetzt scheißegal, wir geben komplett Gas. Ja, hol doch die Bullen, wenn es dir nicht passt. Ach,